लाठी मार के नी सिर पाड़ दियो तो साले कुत्ते का हैं। हां वो तो ता बिल्ले ने उनू रिश्तेया दी नाले लैन लगी हुंदी सब बच के निकल रहा के बोल रहा था ही बोल यो बट ना क्या नी सारे दांत बाहर आ गिरे गए और गिन लिए कितने हैं मोरी आने की छोरी फिर मैं क्या करूं लत बा तोड़ दूंगी दोनों की ते सोकी ने मारी हाथ भी लाता ना बचाओ पाड़ दूंगी ना तेरा ना आगे के सिर पड़वा के मारनेगा तू हाथ ला दे रोटी ना करा लस्सी पी के स्वाद आ गया जमा ठीक है जी वधिया हाँ ले कर मैं हाथ धो के नू बोल मार दा दिहाड़ी नू आज रोटी खा लूंगा दिहाड़ी नू रोटी तो तुसी खवा दियो ना मैं खवा के जाऊंगी मैं नहीं कहना भी तू खवा दी मैं टाइम कहना रोटी है तो जोगरी बच गई पईया ने रोटी कटदा नहीं रहिंदी हां कानू कट रहे ने वादू लेके रोटियां दा मैं ओ तो मैं तेनू दो कहा थी भी दो ने है तो एक है पर गल सुन जदों इन्हां दी मशीन चल पैंदी है ना बस फिर ਕਿਸੇ ਦਾ ਕੰਮ ਨਹੀਂ ਹੈਗਾ ਜੀ ਪੰਜ ਚਾਰ ਦਾਤੀਆਂ ਕੋਠੇ 'ਚ ਰੱਖੋ ਲਿਆ ਕੇ ਲੈ ਪੰਜ ਚਾਰ ਜਿਵੇਂ ਸੀਦ ਦਿੰਦਾ ਹੋਵੇ ਐਂ ਕਹਿੰਦੀ ਹੈ ਹਾਂ ਤੈਨੂੰ ਪਤਾ ਹੁਣ ਤਾਂ ਦਾਤੀ ਵੀ ਪੂਰੀ 50 ਰੁਪਏ ਦੀ ਕਰਖੀ ਹੈ ਪਹਿਲਾਂ 10-15-20 ਦੀ ਆ ਜਾਂਦੀ ਹੁੰਦੀ ਰੋਟੀ ਤੁਸੀਂ ਖਵਾ ਦੀ ਮੈਂ ਵਗ ਜਾਂਦੀ ਹਾਂ ਘਰੇ ਹੈ ਘਰੇ ਵਗ ਜਾਂਦੀ ਹਾਂ ਮੈਂ ਤੂੰ ਬਹਿ ਜਾ ਬਹਿ ਜਾ ਅਮਰੂਦ ਲੈ ਜੀ ਅਮਰੂਦ ਬਹੁਤ ਲੱਗ ਸੀ ਪੱਕੇ ਪੱਕੇ ਹਾਂ ਤੋੜ ਕੇ ਲੈ ਜੀ ਪੀੜੇ ਹੋ ਰਹੇ ਨੇ ਹਨਾ ਜੀ ਹਾਂ ਸੁਣਤਾ ਨਹੀਂ ਹੈਗੇ ਜੀ ਦੇਖ ਲੈ ਮੇਰੇ ਛਾਲੇ ਦੀ ਐ ਕਹਿੰਦੇ ਜਿਵੇਂ ਮੈਂ ਉਹਨਾਂ ਦੀ ਡਾਕਟਰੀ ਕਰੀ ਹੋਵੇ ਕੱਲੇ ਕੱਲੇ ਅਮਰੂਦ ਦੀ ਪੇਟੇ ਦੇ ਕਰਕੇ ਵੀ ਕਾਣੇ ਦੇ ਕਿਨਾ ਮੈਨੂੰ ਐ ਦੱਸੋ ਜੀ ਤੁਸੀਂ ਨੇ ਕੀ ਖਾਧਾ ਕਿਤੇ ਜਾ ਕੇ ਰੋਟੀ ਖਾਧੀ ਐ ਕਾ ਤੋਂ ਬੁੜਕ ਪੈਨੇ ਮੈਨੂੰ ਚੰਗੀ ਤਾਂ ਮੈਂ ਰੋਟੀ ਲੈ ਕੇ ਆਈ ਚੰਗੇ ਦੇਖ ਲੈ ਮੈਨੂੰ ਕਿਵੇਂ ਫੇ ਤੈਨੂੰ ਪਤਾ ਦਿਮਾਗ ਖਰਾਬ ਕਰਕੇ ਰੱਖਦਾ ਗਰਮੀ ਕਿੰਨੀ ਹੋ ਰਹੀ ਐ ਡੌਰਾ ਤਾਂ ਉਹੀ ਸ਼ੌਂਚ ਬੈਠੇ ਨੇ ਪੈਂਦਾ ਮੈਂ ਤਾਂ ਬਗ ਜੂੰਗੀ ਕਰੇ ਮੇਰੇ ਕੋਲ ਕੋਈ ਲਿਹਾਜ ਨਹੀਂ ਜੀ ਮੈਂ ਤਾਂ ਦੁਕਾਨ ਖੋਲ ਲੂੰਗੀ ਜਾ ਕੇ ਲੈ ਬੋਲ ਅਲਫਾਬੇ ਚ ਅਮਰੂਦ ਪਾਦੀਆਂ ਚਾਰ ਕਤੌੜ ਕੇ ਲੈ ਦੇਖ ਲੈ ਮੇਰੇ ਛਾਲੀ ਜੀ ਨੇ ਉਹੀ ਡਰਾਤਾ ਦੀ ਕਿਹਦੀ ਘਰੇ ਬਗ ਜੂਗੀ ਮੰਤਾ ਜੀ ਮਾ ਕੇ ਟੈਂ ਕਰੀਆ ਕਿਤੇ ਮੇਰੇ ਸਹੁਰੇ ਨਾ ਬਗ ਜੀ ਹਾਂ ਮੈਂ ਤਾਂ ਮੁਸਕ ਆਉਂਦੀ ਹੈ ਜੀ ਸਪਰੇਅ ਦੀ ਸਪਰੇਅ ਚੜਦੀ ਹੈ ਤੁਸੀਂ ਅਮਰੂਦ ਤੋੜ ਕੇ ਪਾ ਦਿਓ ਦੇ ਚ ਉੱਤੇ ਚੜ ਜਾਓ ਪੇਟੇ ਤੇ ਠੀਕ ਹੈ ਤੈਨੂੰ ਤਾਂ ਮੁਸਕ ਆਣੀ ਦੀ ਉੱਥੇ ਲਾ ਕੇ ਮੌਜਾਂ ਨਾਲ ਏਸੀ ਪੈ ਜਾਏਗੀ ਘਰੇ ਹਾਂ ਤਾਂ ਤੇ ਪੈਰਾਂ ਥੱਲੇ ਅੱਗ ਤਾਂ ਮਚਾ ਕੇ ਛੇਤੀ ਵੀ ਘਰੇ ਵਗ ਜਾ ਮੌਜਾਂ ਨਾਲ ਪੈ ਜਾ ਤੁਸੀਂ ਮੈਨੂੰ ਜ਼ਿਆਦਾ ਨਹੀਂ ਜੀ ਬੋਲਣ ਲੱਗੇ ਹੈ ਮੈਂ ਤਾਂ ਹੁਣ ਵਗ ਜੂੰਗੀ ਪੇਕੇ ਸੌਣ ਚੜ ਰਿਹਾ ਹੈਗਾ ਸਾਰਾ ਸੌਣ ਮੁੜਦੀ ਨਹੀਂ ਉੱਥੋਂ ਫਿਰ ਫਿਰਸਾ ਨਹੀਂ ਨਿਬੜਨ ਦੇ ਤੂੰ ਜਾ ਪੇਕੇ ਮੈਂ ਜਾਉਂ ਠੇਕੇ ਆਹੋ ਪੇਕੇ ਜਾਓਗੇ ਤੁਸੀਂ ਵਧੀਆ ਫਿਰ ਤਾਂ ਜੀਰੀ ਪੁੱਗ ਗਈ ਹੈ ਫਿਰ ਤਾਂ ਜੀਰੀ ਪੁੱਗ ਗਈ ਜੀ ਜੀਰੀ ਤਾਂ ਪੁੱਗ ਜੂਗੀ ਹਾਂ ਦਿਹਾੜੀਆਂ ਪਾਉਂਗੇ ਪਰ ਪੱਲੇ ਕੀ ਪਊਗਾ ਉਹਦਾ ਰੁਪਈਏ ਰੁਪਈਏ ਦੇ ਚਵਾਨੀ ਚਵਾਨੀ ਦਾ ਹਿਸਾਬ ਕਰਦੇ ਜੀ ਤੁਸੀਂ ਫੇ ਗੱਲ ਸੁਣੋ ਮੈਨੂੰ ਤਾਂ ਫਾਇਦਾ ਹੋਏ ਜਾਊਗਾ ਉਰੇ ਘੱਟੋ ਘੱਟ ਤੂੰ 5-7 ਜੇ ਰਹੀ 2 ਮਹੀਨੇ ਰਹੇਗੀ 5-7 ਸੂਟਾਂ ਦੇ ਪੈਸੇ ਲਾ ਦੀ ਗੱਲ ਤਾਂ ਇੱਕ ਬਰਾਬਰ ਹੈ ਹਾਏ ਮੈਂ ਮਰ ਜਾ ਹੁਣ ਤਾਂ ਮੇਰੇ ਸੂਟ ਵੀ ਚੁੱਭਦੇ ਨੇ ਕੋਈ ਨਾ ਜੀ ਕੋਈ ਨਾ ਜਦ ਜੀਵਨ ਨਾ 10,000 ਰੁਪਏ ਦੇ ਗਿਆ ਇਹਨਾਂ ਦਾ ਰੱਖੜੀ ਦਾ ਉਦੋਂ ਤੁਸੀਂ ਕਹਿੰਦੇ ਇਸ ਨਹੀਂ ਤਾਂ ਮੈਨੂੰ ਪੜਾ ਦੋ ਕੋਈ ਗੱਲ ਨਹੀਂ ਲੋੜ ਪੈ ਜੂਗੀ ਹੁਣ ਫੜੀਓ ਮੇਰੇ ਤੋਂ ਪੈਸੇ ਨਾ ਗੱਲ ਸੁਣ ਤੂੰ ਉਸੇ ਦੱਸ ਜਾ ਨੂੰ ਰੋਈ ਜਾਨੀ ਹੈ ਸਾਲ ਚ 11-10 ਹਜ਼ਾਰ ਲਿਆਣੀ ਹੈ ਪਤਾ ਨਹੀਂ ਨਾ ਨਾ ਤੂੰ ਐਂ ਦੱਸ ਤੂੰ ਕਿਹੜਾ ਖਾਲੀ ਵਗ ਜਾਨੀ ਹੈ 5-7 ਹਜ਼ਾਰ ਤੂੰ ਵੀ ਲਾ ਕੇ ਆਣੀ ਹੈ ਉਹ ਤਾਂ ਕਹਿੰਦੀ ਜੀਵਨ ਦੇ ਮੈਂ ਤਾਂ ਚਾਂਦੀ ਤੋਂ ਬਿਨਾਂ ਤਾਂ ਰੱਖੜੀ ਨਹੀਂ ਬੰਨਦੀ ਮੈਂ ਕੱਲਾ ਕੱਲਾ ਭਾਈ ਹੈਗਾ ਬੰਨੂਗੀ ਨਹੀਂ ਚਾਂਦੀ ਦੀ ਰੱਖੜੀ ਮੈਂ ਕਿਹੜਾ ਕਰੇ ਤਾਂ ਤੁਸੀਂ ਨੇ ਕਿਹਾ ਵੀ ਚਾਂਦੀ ਨੂੰ ਮਾਰੋ ਗੋਲੀ ਸੀ ਨਹੀਂ ਤਾਂ ਸਿਆਣੇ ਦੀ ਰੱਖੜੀ ਲੈ ਜਾਓ ਫਿਰ ਮੈਂ ਰੋਕਿਆ ਇਹ ਤਾਂ ਤੈਨੂੰ ਪਤਾ ਹੈ ਇਹ ਤਾਂ ਤੈਨੂੰ ਪਤਾ ਵੀ ਚੋਲੀ ਨੂੰ ਲਏਗਾ ਤਾਂ ਭਾਰੀ ਹੋ ਜੂਗਾ ਜੇ ਤੂੰ 50,000 ਤੋਲੇ ਦੀ ਲਿਜਾਵੇਂਗੀ ਕਿ ਨਾ ਸੋਨੇ ਦੀ ਫਿਰ ਉਹਨਾਂ ਨੂੰ ਵੀ ਕਹਾਂ ਦੁੱਗਣੇ ਦੇਣੇ ਪੈਂਦੇ ਨੇ ਕੌਣ ਖਾਂਦਾ ਹੈ ਨਾ ਦੇਣ ਦੇ ਪੈ ਕੀ ਹੁੰਦਾ ਤੀ ਧਿਆਣੀ ਦਾ ਕੌਣ ਖਾਂਦਾ ਹੈ ਦੁੱਗਣੇ ਦੇਣੇ ਪੈਂਦੇ ਨੇ ਸੋਨੇ ਵਰਗਾ ਭਾਈ ਹੈ ਮੇਰਾ ਸੋਨੇ ਤੋਂ ਵੀ ਮਹਿੰਗਾ ਹੈਗਾ ਮੇਰਾ ਭਾਈ ਜੀਵਨ ਠੀਕ ਆ ਤੇ ਮੈਂ ਕਿਹਦਾ ਦਾ ਮੁੱਲ ਲਾਹ ਲੱਗੇ ਮੈਂ ਬੋਲੀ ਲਾਤੀ ਕਿਵੇਂ ਬੋਲਦੀ ਹੈ ਮੇਰੇ ਛਾਲੇ ਦੀ ਮੂਰੇ ਮੈਂ ਬੋਲੀ ਲਾਤੀ ਉਹਦੀ ਮੈਂ ਕੁਝ ਖਾ ਕੇ ਮਰ ਜਾਊਂਗੀ ਉਰੇ ਸਪਰੇ ਭਈਆ ਕੋਟੇ ਚ ਹੁਣ ਪੀ ਕੇ ਮਰ ਜਾਊਂਗੀ ਦੇਖ ਲਾ ਹਾਂ ਦੂਰੋਂ ਤਾਂ ਤੈਨੂੰ ਮੁਸ਼ਕਾਂ ਦੀ ਹੈ ਪੀ ਕੇ ਤੂੰ ਮਰ ਜਾਏਗੀ ਤੁਸੀਂ ਤਾਂ ਮੈਨੂੰ ਮਾਰ ਕੇ ਰਾਜੀ ਹੋ ਮੈਨੂੰ ਪਤਾ ਬਸ ਪਤਾ ਲੱਗ ਗਿਆ ਮੈਂ ਕਹਿਨੀ ਆ ਵੀ ਤੁਸੀਂ ਮਾਰ ਗਏ ਸੋਨੂੰ ਤਾਂ ਆਇਆ ਵੀ ਸੀ ਨਹੀਂ ਤਾਂ ਨਾ ਪੈਂਡਾ ਸੋਟੇ ਪਰ ਮਰੇ ਜਾ ਗਲੇ ਸੋਨੂੰ ਖੁੱਲ ਖੇਡ ਹੋ ਜਾਏ ਫਿਰਨ ਦੀ ਕਿਤੇ ਕਿਤੇ ਜਾਣ ਦੀ ਠੀਕ ਹੈ ਠੀਕ ਹੈ 50 ਸਾਲ ਦੀ ਉਮਰ ਹੋ ਗਈ ਹੁਣ ਤੱਕ ਨਾ ਰੱਖੀ ਫੇਦਾ ਫੇਰ ਤਾਂ ਮੈਂ ਜਵਾਨੀ ਪੈਰੀ ਮੂੜਾ ਮਰ ਦਿੰਦਾ ਜੇ ਤੇਰਾ ਮਰਨਾ ਹੁੰਦਾ ਹਾਂ
ਨਛਿੱਤਰਾ ਜਿਹੜੇ ਹਿਸਾਬ ਨਾਲ ਗਈ ਆ ਮੈਨੂੰ ਲੱਗਦਾ ਛੱਡਦੀ ਨਾ ਅਜੇ ਲਾਲੇ ਦੀ ਕੋਈ ਬਾਹ ਲੱਤ ਤੋੜੂਗੀ ਤੋੜੂਗੀ ਪਰ ਨਛਿੱਤਰ ਸਿਆਣਾ ਬਣ ਓਏ ਕੰਜਰਾ ਇਹਦਾ ਸੁਭਾਅ ਤਾਂ ਜਿਹਾ ਜਿਹਾ ਹੈਗਾ ਤੂੰ ਤਾਂ ਸਹੀ ਹੈ ਦੇ ਉਹਦਾ ਸਿਰ ਪਾੜਦਾ ਤਾਂ ਵੀ ਤੂੰ ਮਰ ਗਿਆ ਦੇ ਤੇਰੇ ਵਾਲੀ ਦਾ ਸਿਰ ਪਾੜਦਾ ਤਾਂ ਵੀ ਤੂੰ ਮਰ ਗਿਆ ਲੈ ਚੱਲ ਜਾ ਕੇ ਛੜਾ ਹੀ ਲਿਆਉਂਦੇ ਹਾਂ ਇਹ ਤਾਂ ਲਾਲਾ ਫਿੱਟਰ ਕੇ ਫਿਰ ਤਾਂ ਛੜਾ ਲਿਆਵਾਂਗੇ ਅਤੇ ਇਹਦੀ ਬਾਹ ਤੋੜਦੀ ਤਾਂ ਵੀ ਛੜਾ ਲਿਆਵਾਂਗੇ ਮੇਰੇ ਸਾਲੇ ਨੇ ਰੋਟੀ ਵੀ ਨਹੀਂ ਖਾਣ ਦਿੱਤੀ ਸਮਾਰ ਕੇ ਕੀ ਬਣ ਰਿਹਾ ਉਹ ਲਾਲਾ ਗਣਾ ਸ਼ਾਣਾ ਬਣਿਆ ਹੈ ਮੈਂ ਉਸਨੇ ਮੈਂ ਦੇਖੂੰਗੀ ਲਾਠੀ ਮਾਰ ਕੇ ਨਹੀਂ ਸਿਰ ਪਾੜ ਦਿਉ ਤੋ ਸਾਲੇ ਕੁੱਤੇ ਕਾ ਜੋ ਕੋਈ ਮਤਲਬ ਹੋ ਗਿਆ ਰੋਜ਼ ਕੀ ਰੋਜ਼ ਨੂੰ ਕਹਿ ਦਿਆ ਖਾਊ ਹੂੰ ਉਸਕਾ ਯੋ ਤੋ ਹੈ ਹੀ ਸਾ ਯੋ ਤੋ ਕਦੇ ਬੋਲਿਆ ਕੋਈ ਨਹੀਂ ਅੱਜ ਕੇ ਬੋਲੇਗਾ ਪਰ ਮੈਂ ਕੌਣ ਸੁਣੂ ਕਿਸੇ ਕੀ ਕੋਈ ਮਤਲਬ ਕੋਈ ਨਹੀਂ ਕੜ ਬੈਠਾ ਉਹ ਬੈਠਾ ਅੱਛਾ ਰੋਟੀ ਖਾਣ ਲੱਗ ਰਹੇ ਦੋਨੋਂ ਆ ਸੁਨੀਤਾ ਵੀ ਮੈਂ ਖਵਾਉਂਗੀ ਤੁਹਾਨੂੰ ਰੋਟੀ ਤੋ ਰੁਕ ਜਾਓ ਦੋ ਦੋ ਦੁਕਾਨਾਂ ਦੀ ਵੱਡੀਆਂ ਵੱਡੀਆਂ ਪਾਈਆਂ ਹੋਈਆਂ ਟਹਾਣੇ ਦਾ ਕਿੱਡਾ ਸਹਿਰ ਹੈਗਾ ਉੱਥੇ ਹੁੰਦਾ ਤੇ ਰਿਸ਼ਤਾ ਮਾਰੀ ਜਾ ਪੰਪ ਗੱਲ ਸੁਣਾ ਜੀਵਨ ਇੰਨਾ ਸੋਹਣਾ ਮੁੰਡਾ ਦੀ ਨਾਲੇ ਛੂਤਾ ਲੈ ਤੇਰੀ ਮਾਛੀ ਦੀ ਕੁੜੀ ਦਾ ਵਿਆਹ ਨੀ ਸੀ ਉੱਥੇ ਜੀਵਨ ਨੇ ਦੋ ਪੈਗ ਲਾ ਕੇ ਸਾਰੀ ਕਰਤੂਤ ਦੱਸਤੀ ਦੀ ਅੱਛਾ ਹਾਂ ਕੋਈ ਨਾ ਜੀ ਕੋਈ ਨਾ ਅੱਜ ਵਾਲੀ ਗੱਲ ਤੁਸੀਂ ਯਾਦ ਰੱਖੀ ਹੋ ਕੋਈ ਗੱਲ ਨੀ ਯਾਦ ਰੱਖੀ ਹੋ ਲੈ ਦਿਮਾਗ ਖਰਾਬ ਕਰਤਾ ਉਹ ਭੁੱਖਾ ਮਰਦਾ ਹੁਣ ਉਹਨੂੰ ਬੋਲ ਮਾਰਦਾ ਮੈਂ ਤਾਂ ਹੋਰੇ ਗੱਲਾਂ ਲੈ ਕੇ ਬਹਿ ਗਈ ਸਾਰਾ ਦਿਨ ਮੇਰੇ ਸਿਰ ਚੜੇ ਰਹਿੰਦੇ ਨੇ ਮੇਰੇ ਭਾਈ ਦੀ ਬੇਇੱਜ਼ਤੀ ਕਰੀ ਜਾਂਦੇ ਜੀਵਨ ਦੀ ਸੋਨੇ ਵਰਗਾ ਵੀਰਾ ਮੇਰਾ ਬਸ ਕੋਈ ਨਾ ਆ ਜਾਂਦੇ ਜੀਵਨ ਨੂੰ ਸਾਰੀਆਂ ਗੱਲਾਂ ਦੱਸੂਗੀ ਹੁਣ ਮੈਂ ਕੋਰਾ ਨੀ ਪੜਦਾ ਰੱਖਦੀ ਅਜੇ ਜੀਵਨ ਆ ਕੇ ਕਿਉਂਕਿ ਤੂੰ ਇਹਨੇ ਸਿੰਘਾਂ ਦੇ ਚੱਕ ਲੈਂਦੀ ਤੂੰ ਸਿੰਘਾਂ ਦੇ ਤਾਂ ਸਿੰਘਾਂ ਨੂੰ ਕੀ ਮੇਰੇ ਸਿੰਘ ਲੱਗੇ ਨੇ ਨਾ ਤੂੰ ਖੁਸ਼ਰ ਖੁਸ਼ਰ ਕਰਨੋਂ ਹਰਦੀ ਨੀ ਤੁਹਾਡੇ ਕੰਨ ਬੋਲਦੇ ਜੀ ਮੈਂ ਤਾਂ ਕੁਛ ਨੀ ਕਹਿੰਦੀ ਕਾਹਨੂੰ ਨੀ ਕਹਿੰਦੀ ਤੇਰੀ ਜੀਭ ਤਾਂ ਅੱਲਾ ਪਰ ਚੱਲਦੀ ਹੈ ਤੂੰ ਚੁੱਪ ਕਰਨ ਵਾਲੀ ਹੈਗੀ ਹੈ ਮੈਨੂੰ ਪਤਾ ਸਾਰਾ ਤੁਹਾਡੀ ਕਿਹੜਾ ਲੁਤਰੋ ਬੜੀ ਹੋਇਆ ਤੁਸੀਂ ਵੀ ਤਾਂ ਕਰਨ ਲੱਗ ਰਹੇ ਮੇਰੇ ਸਿਰਾਂ ਨੇ ਖੜਾ ਮੇਰੇ ਛੜੀ ਲੈ ਕੀ ਹੁੰਦਾ ਦੱਸ ਮੈਨੂੰ ਇਹ ਕੀ ਹੁੰਦਾ ਤੇਰੀ ਜਲੂਸ ਨਿਕਲੂਗਾ ਕੀ ਮੰਗਦੇ ਰੋਣ ਤੋਂ ਚੱਲ ਐਂ ਕਰ ਮਰੂਦ ਤੋੜਦਾ ਆਪੇ ਤਾਂ ਦਬਾਉਂਗੀ ਇਹਨਾਂ ਦੀ ਮਰੂਦ ਆ ਪਿਆ ਲਫਾਫਾ ਮੈਂ ਵੀ ਬੈਠੀ ਆਰਾਮ ਨਾਲ ਦੋ ਮਿੰਟ ਦਾ ਗੁੱਸਾ ਹੈ ਜੇ ਹੁਣ ਰੁੱਸੀ ਹੱਥ ਨੂੰ ਬੋਲਣ ਲੱਗ ਜੂਗੀ ਲੈ ਚੱਲ ਕਿਰਨ ਦੇ ਹਰੀ ਨੂੰ ਕਹਾ ਵੀ ਰੋਟੀ ਖਾ ਲੈ ਕਿਸਾ ਬਚ ਕੇ ਨਿਕਲ ਰਿਹਾ ਲਾਲਾ ਹੈ ਕਿਸਾ ਬਚ ਕੇ ਨਿਕਲ ਰਿਹਾ ਕੀ ਬੋਲ ਰਿਹਾ ਸਹੀ ਬੋਲ ਲੈ ਬਚ ਕੇ ਨਿਕਲ ਲੂ ਮੈਂ ਚੋਰ ਹਾਂ 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 ਕੀ ਬੋਲਿਆ ਤੈਂ ਮੈਂ ਕੀ ਬੋਲਿਆ ਮੇਰਾ ਆਦਮੀ ਨੇ ਕੀ ਬੋਲਿਆ ਤੈਂ ਮੈਂ ਕੀ ਬੋਲਿਆ ਮੈਂ ਤਾਂ ਇਹੀ ਬੋਲਿਆ ਸੀ ਵੀ ਕੱਚੀਆਂ ਬੱਚਾ ਨੇ ਰੋੜੀ ਕੁੱਟ ਵਰਗੇ ਕਾ ਤੂੰ ਮਿੱਧੀ ਜਾਂਦਾ ਮੇਰਾ ਪਾਣੀ ਨਿਕਲਦਾ ਸਾਡੀ ਜ਼ਮੀਨ ਉੱਚੀ ਹੈ ਟੱਪਾਂ ਵੀ ਨਾ ਟੱਪਾਂਗੇ ਤਾਂ ਹੈ ਲੈ ਕਹਿੰਦੀ ਚੱਪਾਂਗੇ ਮੈਂ ਚੱਪਾਂ ਤੋਂ ਕਦੋਂ ਹਟਾਣਾ ਪਰ ਕੱਚੀਆਂ ਬੱਚਾਂ ਤੇ ਨਾ ਫਿਰ ਪਹੀ ਹੈਗੇ ਤੱਕ ਨੂੰ ਪਹੀ ਸਹੀ ਬਾਤ ਕਰ ਲਿਆ ਕਰ ਹਾਂ ਹਾਂ ਸੋਕੀ ਦਵਾਈ ਕਿਹਦੇ ਨਾਲ ਬੋਲੀ ਜਾਂਦਾ ਗਾ ਆਏ ਲੱਗਦਾ ਜਿਵੇਂ ਕੋਈ ਜਨਾਨੀ ਜੀ ਬੋਲਦੀ ਹੁੰਦੀ ਆ ਮੈਨੂੰ ਕੀ ਲੈਣਾ ਲੜੀ ਜਾਣਦੇ ਮੈਨੂੰ ਵੀ ਤਾਂ ਇੰਨਾ ਕੁਛ ਬੋਲ ਕੇ ਗਏ ਨੇ ਮੈਂ ਕਿਹਾ ਜਾਵਾਂ ਮੈਂ ਤਾਂ ਭੋਰਾ ਨਹੀਂ ਜਾਂਦੀ ਹੈਗੀ ਵਧੀਆ ਮੈਂ ਤਾਂ ਕਹਿੰਦੀ ਹਾਂ ਫੜ ਕੇ ਮੇਰੀ ਸੁੱਕ ਨੂੰ ਗੋਡਿਆਂ ਥੱਲੇ ਧਰ ਲੇ ਹਾਏ ਨਾ ਸੁਨੀਤਾ ਜਨਾਨੀ ਨਾਲ ਤਾਂ ਮੈਨੂੰ ਲੜਨਾ ਪਊਗਾ ਸੋਕੀ ਦਾ ਬਾਈ ਨਹੀਂ ਲੜ ਸਕਦਾ ਹੈਗਾ ਤਾਂ ਫਿਰ ਵੀ ਮੇਰਾ ਵੀ ਉਹ ਬੰਦਾ ਗਾ ਮੈਂ ਕਰ ਜਾ ਕੇ ਦੇਖ ਪਹਿਲਾਂ ਕੌਣ ਆ ਗਈ ਮੈਂ ਦਿੰਦੀ ਹਾਂ ਧਨੇਸੜੀ ਉਹਨੂੰ ਕਿਵੇਂ ਬੋਲਦੀ ਆ ਸੋਕੀ ਦੇ ਬਾਈ ਨੂੰ ਨੀਚੇ ਦਾਂਤ ਗਿਣੇ ਹੈ ਮੂੰਹ ਕੇ ਹਾਂ ਗਿਣੇ ਨੇ ਨਾ ਕੋਈ ਗਿਣੇ ਹੋ ਗਏ ਯੋ ਲੱਠ ਲੱਗ ਗਿਆ ਨੀ ਸਾਰੇ ਦੰਦ ਬਾਹਰ ਆ ਗਿਰੇ ਗਏ ਅਰ ਗਿਣ ਲਈਏ ਕਿਤਨੇ ਹੈ ਕੀ ਹੋ ਗਿਆ ਹਾਂ ਦੇਖ ਲੈ ਉਹੀ ਗੱਲ ਪਈ ਜਾਂਦੀ ਹੈ ਕਿਹਾ ਨਾ ਕਰੇ ਆ ਜਾ ਤੈ ਵੀ ਆ ਜਾ ਕਿਸਨੇ ਸਮਝਾਂਦੀ ਨਹੀਂ ਕਿਉਂ ਛੇੜਤੀ ਛੇੜਤੀ ਛੇੜੇਗਾ ਤਾਂ ਕਿਉਂ ਕਿਉਂ ਹਿੰਮਤ ਹੈ ਇਸਕੀ ਪਿਸਾ ਲੱਠ ਲੱਗੇਗਾ ਇਸਕੇ ਪੜਦਾਦੇ ਦਾਦੇ ਤੱਕ ਉੱਠ ਜਾਏਗਾ ਕਬਰ ਮੈਂ ਤੈ ਦੇ ਲੈ ਕਿਵੇਂ ਬੋਲਦੀ ਹੈ ਕੀ ਕਹਤਾ ਤੈ ਫੇ ਤੂੰ ਬੋਲ ਹੁਣ ਮੈਂ ਕੀ ਜਨਾਨੀ ਨਾਲ ਲੜਾਂ ਮੈਂ ਬੋਲਾਂ ਹੋ ਲੜਾਈ ਚ ਮੈਨੂੰ ਮੂਰੇ ਕਰਦਿਆ ਕਰ ਬੜਾ ਪੰਗੇ ਤੂੰ ਲਈ ਜਾਇਆ ਕਰ ਬੇਟਾ ਬੰਦਾ ਹੁੰਦਾ ਮੈਂ ਛੱਟ ਲੈਂਦਾ
ਹੁਣ ਜਨਾਨੀ ਦੇ ਮੂੰਹ ਮੈਂ ਕਿਵੇਂ ਲੱਗਾ ਇਹਨੂੰ ਫਿਰ ਮੈਂ ਤਾਂ ਚਾਕੇ ਕੋਟਾ ਵਾਲੇ ਧਰੋ ਵੀ ਹੁਣ ਇਹਨੂੰ ਚੱਲ ਲੈ ਫਿਰ ਪਰ ਇੱਕ ਗੱਲ ਹੈ ਤੂੰ ਐਂ ਤਾਂ ਸੋਚ ਲੈ ਛੱਤ ਫੁੱਟਦੀ ਡਾਂਗ ਲਈ ਫਿਰਦੀ ਕਿਤੇ ਤਾਂ ਕੀ ਬੁੜਬੁੜ ਕਰ ਰਿਹਾ ਵਾ ਲਾਲਾ ਕੀ ਬੁੜਬੁੜ ਕਰ ਰਿਹਾ ਹੈ ਅਸਾਂ ਦੋਨਾਂ ਜਣਿਆਂ ਨੂੰ ਗੱਲ ਵੀ ਨਹੀਂ ਕਰਨ ਦਿੰਦੀ ਹੈਗੀ ਤੂੰ ਨਹੀਂ ਕਰਨ ਦਿੰਦੀ ਪਹਿਲੇ ਮੇਰੀ ਬਾਤ ਦਾ ਜਵਾਬ ਦੇ ਹੋ ਗੱਲ ਅਸੀਂ ਤੇ ਇਥੋਂ ਪੁੱਛ ਕੇ ਕਰਾਂਗੇ ਹਾਂ ਕੀ ਗੱਲ ਮਾਰੀ ਆ ਗੱਲ ਗੁੱਲ ਨਾ ਹਮਨੇ ਨਹੀਂ ਆਂਦੇ ਹਮਨੇ ਤਾਂ ਬਾਤ ਆਇਆ ਸਮਝਾ ਨਹੀਂ ਆਇਆ ਤਾਂ ਮੈਨੂੰ ਬਤਾਓ ਸੋਕਣੇ ਦੱਸ ਦੇ ਗੱਲ ਕੀ ਹੋ ਗਈ ਗਲੀਆ ਹੋ ਗਈ ਇਸ ਨੇ ਪੁੱਛ ਲਏ ਚਸ਼ਮਿਆਂ ਨਾ ਇਸ ਨੇ ਨਹੀਂ ਬੇਰਾ ਕੀ ਹੋ ਗਿਆ ਵੇ ਨਾ ਤਾਂ ਤੂੰ ਦੱਸੇ ਵੀ ਇਹ ਛੇੜਤੀ ਨਾ ਇਹ ਕਹੇ ਵੀ ਮੈਂ ਛੇੜ ਮੈਂ ਜਿੱਦੇ ਛੁੱਲੇ ਉਹ ਹਾਥੀ ਵਰਗਾ ਬੱਚਾ ਤੇ ਫਿਰੀ ਜਾਂਦਾ ਸਾਰੀਆਂ ਬੱਟਾਂ ਮਿੱਦਦੀਆਂ ਆਪਣਾ ਬਾਣ ਉੱਚਾ ਪਾਣੀ ਉਹਦੇ ਕਣੀ ਨਿਕਲਦਾ ਮੈਂ ਤਾਂ ਆ ਕਿਹਾ ਜੀ ਉਹਨੂੰ ਬੱਚਾ ਮੇਰਾ ਫਿਰ ਕੀ ਹੋ ਗਿਆ ਖਾਵੇ ਹੈ ਲਾਲਾ ਤਾਂ ਹੈ ਹਾਥੀ ਵਰਗਾ ਹਾਂ ਕੱਲੇ ਰੋਟੀ ਰੋਟੀ ਠੀਕ ਹੈ ਨਾ ਪਕਾ ਪਕਾ ਰੋਟੀਆਂ ਦੇਈ ਜਾਣੇ ਨੂੰ ਇਹੋ ਜਿਹਾ ਕਰਕੇ ਤੌੜੇ ਜਿਹਾ ਢਿੱਡੋ ਦਾ ਕੰਮ ਕਰਦਾ ਕੋਈ ਸਾਡੀ ਬਾਟੋ ਤਾਂ ਨਹੀਂ ਕਿ ਜ਼ਰੂਰੀ ਟੱਪਣਾ ਆਪਦੀ ਤੋਂ ਹੀ ਟੱਪ ਜਾਣਾ ਤੁਹਾਨੂੰ ਇਹ ਟੱਪਾਂਗੇ ਤਾਂ ਬਤਾਓ ਕੀ ਕਰੋਗੇ ਲੈ ਹੁਣ ਟਪਾ ਕੇ ਦਿਖਾਈ ਉਹਨੂੰ ਫਿਰ ਤੁਹਾਨੂੰ ਇਹ ਟੱਪਾਂਗੇ ਹਾਂ ਉਹਦਾ ਢਿੱਡ ਮੈਂ ਫੋੜੂੰਗੀ ਆ ਜੀ ਮੇਰਾ ਫੋੜ ਕੇ ਦਿਖਾਈਓ ਉਸਕਾ ਫੋੜ ਸਕੋ ਮੇਰਾ ਨਹੀਂ ਕੀ ਬਾਤ ਹੋ ਗਈ ਇਹ ਕੀ ਬਾਤ ਹੋ ਗਈ ਕਹਤਾ ਮੇਰਾ ਕੋ ਨਹੀਂ ਮੰਨੇ ਤਾਂ ਮੇਰਾ ਸੈ ਲੜੇ ਨਾ ਕੋ ਨਾ ਕਿਉਂ ਨਾ ਲੜੇ ਆਹੀ ਜਾਈ ਜਾਈ ਲੜਦੇ ਡਾਂਗ ਚੱਕ ਕੇ ਅਸੀਂ ਕਦੋਂ ਗਏ ਤੇ ਮੈਨੂੰ ਤਾਂ ਲੱਗਦਾ ਇਸੇ ਨੂੰ ਉਂਗਲ ਆਈ ਹੋਣੀ ਹੈ ਇਸੇ ਨੇ ਆਈ ਹੋਣੀ ਉਂਗਲ ਮੈਂ ਕੋਣਾ ਉਂਗਲ ਲਾਈ ਸਾਰੀ ਗਲਤੀ ਸੈ ਲਾਲਾ ਤੂੰ ਕਿਉਂ ਉੱਕਰ ਬੋਲਿਆ ਸੈ ਐ ਕਰ ਗਲਤ ਕਿਉਂ ਬੋਲਿਆ ਐ ਕਰ ਇਹਦਾ ਸਿਰ ਪਾੜ ਦੋ ਕਰਨਾ ਪੂਰੇ ਸਿਰ ਦੋਨਾਂ ਦਾ ਪੜਵਾ ਲਾ ਸੈ ਮੇਰੇ ਸ਼ਾਲੀ ਨੂੰ ਕਰਨ ਲੱਗ ਰਹੀ ਹੈ ਸਿਰ ਵੀ ਪਾੜ ਬੁਰਾ ਲੱਗਦਾ ਤੈਨੂੰ ਹਾਂ ਮੈਂ ਬੁਰਾ ਲੱਗਦਾ ਤੈਨੂੰ ਮੂਰੇ ਕਰਨ ਲੱਗ ਰਹੀ ਹੈ ਓਏ ਮੇਰੇ ਬਾ ਮਦਾ ਖਾ ਲਈ ਇਹਨਾਂ ਨੇ ਜ਼ਹਿਰ ਹੋਈਆਂ ਨੇ ਕਿਵੇਂ ਚੜ ਕੇ ਆਈਆਂ ਨੇ ਦੋਏ ਜਣੀਆਂ ਦੇਖਦਾ ਸਹੀ ਮੇਰਾ ਤਾਂ ਜੀ ਕਰਦਾ ਉਹਨੂੰ ਚੱਲ ਜਾ ਮੈਂ ਦੱਸ ਭਾਈ ਤੇਰਾ ਕੀ ਬਗੈੜ ਤਾ ਇਹਦੇ ਨਾਲ ਤਾਂ ਚੱਲ ਸਾਡੀ ਬੱਟ ਸਾਂਝੀ ਇਹਨਾਂ ਨਾਲ ਤਾਂ ਲੜਾਈ ਹੈ ਮੈਂ ਤਾਂ ਕੋ ਨਹੀਂ ਬੋਲੀ ਇਹ ਬੋਲ ਰਹੀ ਸਾਂ ਮੈਨੂੰ ਤਾਂ ਕਹਿ ਆਏ ਨੇ ਇਹ ਕੀ ਦੀ ਲੜ ਮਤ ਇਹ ਕੀ ਦੀ ਹੈ ਇਹ ਤਾਂ ਮੈਂ ਪਹਿਲੀ ਵਾਰ ਦੇਖੀ ਆ ਮੈਂ ਤਾਂ ਆਪ ਨਹੀਂ ਜਾਣਦਾ ਇਹ ਵੀ ਵਾਗਰੋ ਜੀ ਬੋਲੀ ਜਾਂਦੀ ਹੈ ਇਹ ਕੀ ਦੀ ਆ ਕੁੜੇ ਨੂੰ ਮੈਂ ਤਾਂ ਇਸ ਕੀ ਪੜੋਸਣ ਸੁਣ ਪੜੋਸਣ ਤਾਂ ਹੈਗੀ ਆ ਕੋਈ ਘਰ ਵਾਲੇ ਦਾ ਨਾ ਉਹ ਵੀ ਹੋਣਾ ਨਾ ਘਰ ਵਾਲਾ ਤਾਂ ਹੈ ਨਹੀਂ ਇਹਦਾ ਹੈਗਾ ਹੋਰ ਬਿਨਾ ਘਰ ਵਾਲੇ ਤੇ ਤੁਰੀ ਫਿਰਦੀ ਹੈ ਮੈਨੂੰ ਤਾਂ ਲੱਗਦਾ ਹੈ ਨਹੀਂ ਬਾਤ ਦਾ ਵਾਕਰੋ ਨੇ ਇਸਕਾ ਘਰ ਵਾਲਾ ਉਸਕਾ ਘਰ ਵਾਲਾ ਬਾਤ ਕਰੇ ਮਾਰੀ ਬਾਤ ਵੀ ਨਾ ਲਾਓ ਫਿਰ ਜੇ ਬਾਗ ਜੋ ਸਾਡੇ ਘਰੋਂ ਉਰੋਂ ਸਾਡੇ ਖੇਤ ਚੋਂ ਠੀਕ ਆ ਨਾਲ ਤਾਂ ਸਾਡੇ ਖੇਤ ਚ ਆ ਵੀ ਨਾ ਸਾਡੇ ਹੁਕਮ ਚ ਰਹਿ ਲੈ ਸਮਝਾ ਲੈ ਮੇਰਾ ਆਦਮੀ ਨੇ ਦੁਬਾਰਾ ਕੁਝ ਨਹੀਂ ਕਹਿ ਦੇਗਾ ਜੇ ਕੁਝ ਕਹੂਗਾ ਨਾ ਸਿਰ ਫੋੜ ਦੀ ਹਾਂ ਠੀਕ ਹੈ ਬਾਤ ਤੋਂ ਸਹਿ ਹਾਂ ਠੀਕ ਆ ਇਸੇ ਹੀ ਦੁਬਾਰਾ ਨਹੀਂ ਸੁਣੂਗੀ ਮੈਂ ਜੇ ਤੇਰੇ ਘਰ ਵਾਲਾ ਸਾਡੀ ਬੜੀ ਗੱਲ ਲੱਗ ਗਿਆ ਤਾਂ ਮੈਂ ਤੇਰੇ ਘਰ ਵਾਲਾ ਨਹੀਂ ਐ ਜੇ ਤੇਰੇ ਘਰ ਵਾਲਾ ਪੁੱਠਾ ਸਿੱਧਾ ਬੋਲਣ ਲੱਗ ਗਿਆ ਫਿਰ ਮੈਂ ਚੁੱਪ ਕਰ ਜੂਗਾ ਜੇ ਉਸਨੇ ਪੁੱਠਾ ਸਿੱਧਾ ਬੋਲਣਾ ਆਂਦਾ ਨਾ ਤਾਂ ਤੇਰੇ ਵਰਗਾ ਕੀ ਨਹੀਂ ਸੁਣਿਆ ਥਾ ਉਹ ਕਿਉਂ ਜਾਣ ਤਾਂ ਨਹੀਂ ਬੋਲਣਾ ਬੋਲਣ ਤੋਂ ਜਾਣਾ ਐ ਬਸ लत की तोड़ दी लत्त तोड़ दी पा सौखिया क्या सौखिया है हथ लाके दिखा फिर तेन बकवास तो यो मारे तेरे चश्मे संभाल नहीं जाता ना तेरे आला संभाल क्या है पिया हाथी वर्गा सारिया बटा ला रहा कुछ गल सुन सारे चुका दूंगा देख ले पता भी नहीं लगना भी किधर ले गए देर अज रख ना खासी गो वर्गा मोटा हो रहा मिनट चले छा हो जाएगा जो मशीन चल पी पटिया मैं डरता हिम्मत नहीं थी हूं तो बहुत बड़ा बन गई बनी बनी ਹਾਲੇ ਮੰਨ ਰਹੇ
अगली सटे तेन ठीक है मेनू कोई चक्कर नहीं रोटी थोड़े बन दिया करो रोटी लेके आया करो खेत चाहिए क्यों मेरे को मैं झाकता भी एक तो पैदा छुटे हूं दूजी चिंबड़की जानिया मतलब लैके टीटी बना दो तेन पता नहीं कोर्ट कचहरी च चलती है जे माड़ा जा कपड़ा फाड़ के बागी कुर्ती मेरे की कुर्ती नहीं पाई थी तेरे की कुछ पाया नहीं थी मेरे पाड़ी का की मतलब ला मैं धोती से झुग्गी पाड़ लेना मेरी की छुननी इतने थाने कह दें मेरे छाले ने कितने पछा के पाड़ ली हूं चल ठीक है मैं घरे जानी हाँ दोनों नहीं डर जूंगी कि मैं पिछे पिछे हटते थी मैं हटदा थी भी उई ना जनानी बाजी का की हुंदा है जे माड़ा मोटा उदे हाथ पल्ला लग जांदा मन करे उई छौ कुछ गल ला दंदी भी मेरे चुंडियां बढ़दा दी फलाना करदा दी ਹਾਂ ਤਾਂ ਮੈਨੂੰ ਪਤਾ ਲੱਗ ਗਿਆ ਹੁਣ ਵੀ ਤੁਸੀਂ ਤੀਵੀਆਂ ਦਾ ਡਰਦੇ ਹੋਗੇ ਮੈਂ ਤਾਂ ਹੁਣ ਜਿੱਦਾਂ ਲੜਾਈ ਕਰੂੰਗੀ ਮੇਰੇ ਨਾਲ ਦੋਨਾਂ ਨੂੰ ਬੁਲਾ ਲਿਆ ਕਰੂੰ ਬੰਗ ਲੈ ਮੈਨੂੰ ਕਹਿੰਦੀ ਹੈ ਤੀਵੀਆਂ ਤੋਂ ਡਰਦਾ ਹੈ ਤੀਵੀਆਂ ਤੋਂ ਤਾਂ ਰੱਬ ਵੀ ਡਰਦਾ ਬਣਾ ਕੇ ਉਹ ਤਾਂ ਬਣਾ ਕੇ ਹੁਣ ਪਛਤਾਣ ਲੱਗ ਰਿਹਾ ਮੈਂ ਤਾਂ ਹਾਂ ਵੀ ਕਿੱਥੋਂ ਪੰਗਾ ਲਿਆ ਮੈਂ ਤਾਂ ਇਹੀ ਕਰਿਆ ਕਰੂੰਗੀ ਜਿੱਦਾਂ ਤੁਸੀਂ ਮੇਰੇ ਨਾਲ ਲੜਾਈ ਕਰੋਗੇ ਨਾ ਦੋਨੇ ਵਾਂਗਰਾਂ ਨੂੰ ਬੁਲਾ ਲਿਆ ਕਰੂੰਗੀ ਦੋਨੇ ਵਾਂਗਰਾਂ ਨੂੰ ਬੁਲਾ ਲਿਆ ਕਰੂੰਗੀ ਠੀਕ ਹੈ ਠੀਕ ਹੈ ਮੈਂ ਤੂੰ ਐਂ ਦੱਸ ਘਰ ਦੀ ਲੜਾਈ ਚ ਹੁਣ ਬਗਾਨੇ ਵਾੜੇਂਗੀ ਐਂ ਵਾੜੂਗੀ ਮੈਂ ਤਾਂ ਜੇ ਤੁਸੀਂ ਮੇਰੇ ਨਾਲ ਉਹ ਕਰ ਦਿਓਗੇ ਫਿਰ ਗੱਲ ਸੁਣ ਵੜਨਾ ਦੇ ਗੱਲ ਸੁਣ ਉਹ ਵੀ ਤੀਵੀਆਂ ਨੇ ਹਾਂ ਤੂੰ ਵੀ ਤੀਵੀ ਐ ਫਿਰ ਉਹਨਾਂ ਦਾ ਕੁਝ ਤੂੰ ਕਰ ਲਿਆ ਕਰੀ ਉਹਨਾਂ ਨੂੰ ਕਾਤੋਂ ਬੁਲਾਉਣ ਦੀ ਲੋੜ ਐ ਉਹ ਤਾਂ ਆਪਣੇ ਵਿਰੋਧੀ ਨੇ ਉਹਨਾਂ ਨਾਲ ਤਾਂ ਆਪਣੀ ਬਣਦੀ ਨਹੀਂ ਮੇਰੀ ਗੱਲ ਸੁਣੋ ਜੇ ਤਾਂ ਹੁਣ ਮੈਂ ਕੁੱਟੂਗੀ ਕਿ ਮੈਂ ਉਹ ਡਾਂਗ ਲੈ ਕੇ ਆਈ ਸੀਗੀ ਤਾਂ ਲੋਕ ਗੱਲਾਂ ਬਣਾਉਣਗੇ ਨਾਲੇ ਤੁਸੀਂ ਮੈਨੂੰ ਕੁੱਟੋਗੇ ਅੱਛਾ ਠੀਕ ਐ ਨਾ ਆ ਤਾਂ ਦੂਜਾ ਦੇ ਗੱਲਾਂ ਬਣ ਗਿਆ ਵੀ ਬਗਾਨੀ ਜਨਾਨੀ ਤੋਂ ਕਟਾਤਾ ਤੂੰ ਤਾਂ ਚਾਹੇ ਮੈਨੂੰ ਅੰਦਰ ਵੜ ਕੇ ਕੁੱਟ ਲੈ ਕਿਸੇ ਨੂੰ ਪਤਾ ਲੱਗੂ ਕਿਸੇ ਨੂੰ ਨਾ ਲੱਗੂ ਮੇਰੀ ਗੱਲ ਸੁਣ ਲੋ ਉਹ ਤੀਵੀਆਂ ਨੇ ਕਹਿੰਦਾ ਬਗਾਨੀਆਂ ਤੋਂ ਕਟਵਾਵੇਂਗੀ ਮੈਂ ਤਾਂ ਬੋਚ ਕੇ ਦਿਨ ਨਿਕਲ ਜਾਊਂਗੀ ਅੰਦਰੋਂ ਮੈਂ ਤਾਂ ਕਹਿ ਦੂੰਗੀ ਮੈਨੂੰ ਕੀ ਪਤਾ ਸੇੜੀ ਹੋਣੀ ਭੈਣੇ ਅਗਲੀ ਐ ਕਹਿ ਦੋ ਹਾਂ ਮੈਂ ਜਾਂਦੀ ਹਾਂ ਹੁਣ ਮੈਥੋਂ ਨਿਪਕਾਈ ਬਣਦੀ ਤੁਹਾਡੇ ਨਾਲ ਕਰ ਫਿਰ ਹੁਣ ਤੂੰ ਆਹ ਗੱਲਾਂ ਸੋਚਣ ਲੱਗੀ ਲੈ ਦੇਖ ਲੈ ਹੁਣ ਇਹ ਗੱਲਾਂ ਸੋਚਣ ਲੱਗੀ ਬਗਾਨੀਆਂ ਤੀਵੀਆਂ ਤੋਂ ਕਟਾਊਗੀ ਪਰ ਹੁਣ ਇੱਕ ਗੱਲ ਤਾਂ ਹੈਗੀ ਹੈ ਇਹ ਗੱਲਾਂ ਇਹ ਸੋਚਦੀ ਹੈ ਕਰਦੀ ਕੋਈ ਨਹੀਂ ਚਲੋ ਬਾਕੀ ਕੀ ਪਤਾ ਕਰ ਵੀ ਦੇਵੇ ਜ਼ਿੰਦਗੀ ਪਈ ਹੈ ਕਿਹੜਾ ਪਤਾ ਲੱਗਦਾ ਹੈ ਕਿਹੜਾ ਮੱਥੇ 'ਤੇ ਲਿਖਿਆ ਹੁੰਦਾ ਵੀ ਕੌਣ ਕੀ ਕਰਦੇ ਇਹ ਤਾਂ ਬਣੇ ਤੋਂ ਬਾਅਦ ਹੀ ਪਤਾ ਲੱਗਦਾ ਲੈ ਕਰ ਹੁਣ ਤੂੰ ਤੇਰਾ ਵੀ ਦਿਮਾਗ ਖਰਾਬ ਹੋ ਰਿਹਾ ਤੂੰ ਉਹਨੂੰ ਮਾਰ ਦਿਹਾੜੀ ਨੂੰ ਬਾਅਦ ਉਹ ਤੂੰ ਤਾਂ ਆਪਣਾ ਬੱਬਰ ਭਰ ਲਿਆ ਉਹ ਭੁੱਖਾ ਮਾਦਾ ਹੋਣਾ ਉਹ ਭੱਲੇ ਨੀਮਾ ਨੇ ਠੰਡੀ ਰਿਹਾ ਕਰ ਦਿਮਾਗ ਦੀ ਨਾੜੀ ਫੜ ਜੂਗੀ ਜ਼ਿਆਦਾ ਨਾ ਬੋਲਣਾ ਪਹਿਲੇ ਦਿਮਾਗ ਖਰਾਬ ਹੋ ਰਿਹਾ ਹੈ ਨਾ ਤਾਂ ਪਿੱਛੇ ਪਿੱਛੇ ਲੈਣ ਕੇ ਗਿਆ ਥਾ ਤੈ ਮੈਂ ਤਾਂ ਐਂ ਦੇਖਣ ਗਿਆ ਸੀ ਮਾਹਾਂ ਪਾਣੀਆਂ ਤਾਂ ਮਾਰਤਾ ਹੁਣ ਲੈ ਚੱਕ ਕੇ ਹਸਪਤਾਲ ਚ ਲੈ ਜਾਊਗਾ ਵਿਚਾਰੇ ਪਹਿਲੇ ਤਾਂ ਕੋਣੀ ਬੋਲਿਆ ਹਾਥੀ ਜੈਸਾ ਤੋ ਹੈ ਕੁਛ ਤਾਂ ਕਰ ਲਿਆ ਕਰ ਦੇਖ ਲੇ ਐ ਜਾਣ ਦੇ ਇੰਨੇ ਤਾਂ ਜ਼ਰੂਰਤ ਨਾ ਥੀ ਬੋਲਣੇ ਕੀ ਕਿਉਂ ਅੱਗ ਸਿੱਟਦੀ ਆ ਸਾਰਾ ਮੇਰੇ ਮੂੰਹ ਚ ਕਦੇ ਤਾਂ ਠੰਡੀ ਹਵਾ ਛੱਡ ਅੱਗ ਨਹੀਂ ਸੀਟਰੀ ਸਹੀ ਕਵੇ ਹੈ ਜੋ ਕਰ ਮਤਲਬ ਟਾਟਾ ਜ ਹੈ ਕੁਛ ਤਾਂ ਕਰ ਲਿਆ ਹੈ ਦੋ ਜਣਾ ਨਾ ਤੂੰ ਐ ਘੇਰ ਲੇ रोज घरे बंदा मार के आया करूंगा बस रहन दे दिख रहा है बंदा मारन आला भाई तू तो ना रोटी खा ले बस रोटी की चक्कू जा खा लू मेरे रोटी कुत्ता जाके लगा मेरा खाला
देख ले उसे ना कहन लग रहा है तेरी पुनो रोज ले मक्खी वट गई छोड़ता उसने क्यों नहीं दमका क्या लाला ने लाला का सिर पाड़ दें दी मैं तेरे क्यों गया था पीछे पीछे मेरे अज सोमवार है सोमवार नु हाथ जकड़ा बाबे दा माड़ा है जेल च मामे का मुंडा अफसर कह लग रही मेरा बाबू की भी बना है चौटाले मेनू डोल पे खराटे मार दी पांच चार मेरे मरदा गवांडी भी ना हो चुगलियां लादी रो गया कर दू ए कर दू आप रोज छत्र खादी आवनी है तू यार उन्नीस तरह सो जा दिमाग खराब कर मेरे साले दिमाग खराब कर दिया जमाई और के बात है कितनी गाम हो रखी है और गाम जान का रुक मेरी बात सुना मैं तो नहीं बीच में पड़ गई मेरे देख एक दो लग भी गई हाँ मेरी तो कोई बात भी ना कोनी थी ये फिर वो लालार वाह सुनीता कितने खराब है देखी ये तो है गलती उनकी थी फिर भी हाँ। की गल होगी कुछ सरिया बना दे तो बहुत कुछ बनाए बे मैं तो ना ना रीना मैनू तो नहीं लगता तू तो जमी ठंडी खड़ी है मैनू तो नहीं लगता तू लाले का कुछ करके आई होएंगी बहुत कुछ करके आई हूं बता हां बहुत कुछ कर दिया छ ना तो लाश भी उठाई अच्छा संतोष तू भी उठी सी हां मैं भी थी वहां तो ते मैंने तू दस फिर भन्ने ससुरो दा ना ना ससुर तो ना को बना हाय हाय किन्ना कुछ लाला सड़िया हुआ सड़ी धोती वाला है किन्ना कुछ तेरे घर आए नु बोल गया ते इथो कुछ भी नहीं सड़िया बनया बहुत कुछ बन गया बे मैं तो एक बार तो डराबा दे आई ठीक है मानने के तो ठीक है नहीं फिर कल ना तो ना सीधा लठ मारूंगी ले देख ला हजे डराबा ही दे के आई है संतोष ते इथो भी नहीं कुछ बनता मैं ला तू तो आप तेरे घर आल दे नाल नाल तू भी कुगू लगदी है मेनू तो के जावे है के हो जावे के जावे तो नहीं मेरी गल सुन जे मेरे घर आए कुछ कहना ना कोई मैं बच्चा लो पार दें मेरे साले नु हाँ सो तो कुछ भी नहीं होया इना कुछ कहा के करके आई हां बेबे तन्ने ना बेरा चल भेने सोडी मर्जी कहा ही जाया करो तो कोई सड़े हुए बंदे तो कुछ कहो दे ऐके तो देखे मेरे घर आए ना कोई उठाई थी मन्ने तो लगे ला लेके गई थी हां अच्छा ते फिर मार दी ना सर चोदे कितनी लड़ाई हुई थी सड़िया होया लाला किवें कह गया तेरे घर आए नूं इन्ना कुछ हां देखता सही भोली लगदे चलो नी दस्सा इहो जिहे नूं मैं तो जाननी आप दे कम सही है फिर भी मैं तो ना एक बार और कल ना जाऊंगी जाए तू जाए मैं ना जाऊंगी मैं ना जाऊं ना मन तेन लागे जो मैं कम बोल के आई मन्ने ना बेरा तो जाए तो जाने तारी बातें जाने बहन मैं नहीं चाहती ठीक से
इब तो मैं देखू। चल करा चल करा ना, ना कुछ बोल के आया तू रज्जी नहीं हले लड़के तेरे ढिड भर नहीं दबारे उन्होंने घरे लड़ दवा ढिड भरन की बात को नहीं फिर ओता घरे ही रह गई थी किना दे लाले के लाले का तो जाऊं नहीं की जा तू हुन खेत में बड़ गई थी करे की लोड़ थी बोला जा दी मेरी बात सुन जे वो नहीं माने नहीं फिर मैं उनकी देख के आऊं फिर उन्होंने मानता गए हुन कहना बट ऊपर दी नंग जा करदा तो और की अपना ना लगी लोड़ बट ऊपर की क्यों कोनी लंगाम तो लंगांगे ओड़े को जावांगे और हुन ओदी छाती ऊपर दी लंगेगी तू छाती ऊपर की लंगूंगी सुलाला की गुस्सा ठंडा नहीं हो रहा जमा भी पानी च बह जा सिर नहीं पाड़ दूंगी तेना मेरा चैन नहीं क्यों पाड़ दूंगा ना मैंने तो बहुत गुस्सा आ रहा है नहीं वाली बेटी खुश रह कर दी अपने जे वे समझ गए तो ठीक है और नहीं समझे ना तो फिर आगे मैं जानू मेरा काम जा रहा है चंगा मैं तेनू है कहना माड़ी मोटी खुश हो जाए कर खुश हो जा कर तुझ रहने भी देवे लोग ओ अपने दिया मैं तो बोलदा नहीं तू तो कभी नहीं बोलदा बोल 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 एक गल नहीं मेनू बोलण दंदी एक गल नहीं बोलण दंदी ऐ बोल दिया सर कम 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 छेड़ी थी पर निबड़ गई हुण की रह गया होर निबड़ की कड़ा पहले तो आया मैंने चंगा है करी कल नू आजी खेत कल नू वेड़ दी कल नू खेत में भी और घरां भी उधर आएगी हुन हां ट्राई कर मेरे कपड़े बैग च पा मैं जाके किते नैना देवी जाया ना ने तू लाग ठीक है तली कर जे तो ठीक है आज ने लड़ लुड़ पे जल लाई हुई डंडी होगी बदवा दूंगा ना तो लड़ाई है मरूदा ना तो बोलदा सुने जावेगा नहीं मां तेरा की जाना नहीं चित्रपुर थाना ने मेरे कुटड़े ने रोटी बनाऊंगी पे बनाई कुल बनाई दे दे बासी सारी तो दे आएगी दोपहर ने खा लेना खा ले ईट खा ले ओ भी ठीक है तेरे का तो कोई पानी दी घुट दे दे भाग जा पानी दी घुट दे भाग जा अच्छा जी तो मेरा करदा नहीं तेरे की खुआन प्याण में ना तो रोटी देने जी करदा क्यों बोलदा तो है भी नहीं तो किसे का अग आ हुन इक्के बोलया करदा कर तो सारा टब्बर थोड़ी बोलया कर तू बोलन वाली है ये बंदा बोले ना तो फिर लुगा ने बोलने की जरूरत को नहीं होती चल तू मेरा बनता है समझ ले तू बोल क्या कर अरे तेरी जनानी है ठीक बोल मैं कड़ा कड़ा अड़ूंगी तू तो गड्ढे मांगू हर एक दम इधर लड़ाई दा गड्ढा अड़दी रहनी है ले ले पानी ले रही हूँ जमाई नहीं सारी पानी रोटी पानी जो भी घंटे हूँ मेरा सारी पे कर दी रहे आये वो तेरा बेटा मैं ये बांते आ कितनों मेरे लड़ लाते ही लड़ाई ना गड्ढा मेरे सारे दिन सारा दिन चली है रहती है पर मेरा टाइम नहीं आया कभी है जी तो मैं पानी ही पाना है जी मेरे तो पुलाव उठे दे खाओ बटू खाओ चार बने चित्रा जी तेरे कर्मा चुकी चल।